ਲੋਕਾਂ ਨੂੰ ਝੂਠੇ ਵਹਿਦੇ ਲਾਰੇ ਲਾਉਂਦੇ ਆ ਪੁੱਤ ਦਿੰਦਿਆਂ ਨੂੰ। ਤੁਸੀਂ ਇਹ ਵੇਖੋ ਕਿ ਹਾਲਾਤ ਅੱਜ ਕੀ ਬਣੇ ਆ। ਸਭ ਤੋਂ ਪਹਿਲਾਂ ਜੇ ਮੈਂ ਕਹਾਂ ਕਿ ਸਭ ਤੋਂ ਜ਼ਰੂਰੀ ਏਜੰਡਾ ਜੇ ਕੋਈ ਸਰਕਾਰ ਦਾ ਸੀ ਕਿਸਾਨਾਂ ਨਾਲ ਸੀ, ਔਰ ਕਿਸਾਨਾਂ ਨਾਲ ਵੱਡੇ ਵਾਅਦੇ ਕੀਤੇ ਸਨ ਦੋ। ਇੱਕ ਤਾਂ ਕਰਜ਼ਾ ਮਾਫੀ, ਔਰ ਉਹ ਵੀਡੀਓ ਉਹ ਟੇਪ ਮੈਂ ਉਹ ਵੀ ਤੁਹਾਨੂੰ ਹੁਣੇ ਦੇ ਦਿਆਂਗਾ, ਜਸਟ ਤੁਹਾਡੇ ਕੋਲ ਹੋਣੀ, ਬਟ ਦਿਸ ਇਜ਼ ਫਾਰ ਯੋਰ ਰਿਕਾਰਡ। ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੋਂ ਬਹਿ ਕੇ ਗੱਲ ਕਹੀ ਸੀ ਕਿ ਚਾਹੇ ਉਹ ਤੁਹਾਡੇ ਆੜ੍ਹਤੀਆਂ ਦਾ ਕਰਜ਼ਾ, ਚਾਹੇ ਉਹ ਨੈਸ਼ਨਲਾਈਜ਼ਡ ਬੈਂਕ ਦਾ ਕਰਜ਼ਾ ਹੈ ਤੇ ਚਾਹੇ ਉਹ ਕੋਆਪਰੇਟਿਵ ਬੈਂਕ ਦਾ ਕਰਜ਼ਾ ਹੈ, ਅਸੀਂ ਸਾਰਿਆਂ ਤੇ ਲੀਕ ਮਾਰ ਦਿਆਂਗੇ। ਮਗਰ ਅਸਲੀਅਤ ਕੀ ਹੈ ਕਿ ਸਾਰਿਆਂ ਤੇ ਲੀਕ ਮਾਰਨ ਤਾਂ ਦੂਰ ਦੀ ਗੱਲ ਹੈ, ਜੇ ਇਸ ਕਰਜ਼ੇ ਮਾਫੀ ਨੂੰ ਲੈ ਕੇ ਉਹ ਬੁੱਧ ਸਿੰਘ ਕਿਸਾਨ ਕਲਾਨੌਰ ਦਾ ਉਹ ਪਿੰਡ ਗੁਰਦਾਸਪੁਰ ਦੀ ਧਰਤੀ ਜਿਹਦੇ ਬੁੱਧ ਸਿੰਘ ਕਿਸਾਨ ਕੋਲ ਗਏ ਸੀ, ਉਹਦਾ ਕੋਆਪਰੇਟਿਵ ਦਾ ਲੋਨ ਮਾਫ ਨਹੀਂ ਹੋਇਆ। ਔਰ ਉਸ ਤੋਂ ਬਾਅਦ 1500 ਇਹੋ ਜਿਹੇ ਕਿਸਾਨ ਨੇ ਜਿਨ੍ਹਾਂ ਨੇ ਖੁਦਕੁਸ਼ੀ ਕਰਤੀ ਕਿਉਂਕਿ ਉਹਨਾਂ ਨੂੰ ਝੂਠੇ ਲਾਰੇ ਤੇ ਵਹਿਦੇ ਲਾਏ ਗਏ ਸਨ। ਔਰ ਅਖੀਰਲਾ ਜਿਹੜਾ ਅੱਜ ਵੀ ਵੈਸੇ ਤਾਂ ਇੱਕ ਕਲਾਨੌਰ ਦੇ ਕਿਸਾਨ ਦੀ ਕਹਾਣੀ ਸਾਹਮਣੇ ਆਈ ਹੈ, ਮਗਰ ਇਸ ਤੋਂ ਪਹਿਲਾਂ ਜਿਹੜਾ ਇੱਕ ਪਿਓ ਪੁੱਤ ਦਾ ਉਹ ਵਾਕਿਆ ਸਾਹਮਣੇ ਆਇਆ ਜਿਹਦੇ 'ਚ ਹੁਸ਼ਿਆਰਪੁਰ ਦੀ ਦਸੂਏ ਦੀ ਧਰਤੀ ਤੋਂ ਮੱਧੀਪੁਰ ਪਿੰਡ ਦੋਵੇਂ ਪਿਓ ਪੁੱਤ ਕਿਰਪਾਲ ਸਿੰਘ ਤੇ ਉਹਨਾਂ ਦੇ ਬਜ਼ੁਰਗਾਂ ਦਾ ਨਾਂ ਸੀ ਜਗਤਾਰ ਸਿੰਘ, ਉਹਨਾਂ ਨੇ ਦੇਖੋ ਆਪਣੀ ਚਿੱਠੀ 'ਚ ਸਪਸ਼ਟ ਲਿਖਿਆ ਕਿ ਮੈਂ 1 ਕਿੱਲੇ ਦਾ ਮਾਲਕ, ਸੁਸਾਇਟੀ ਦਾ ਮੇਰੇ ਤੇ ਕਰਜ਼ਾ, ਮਤਲਬ ਕਿ ਜਿਹੜੀ ਗਵਰਨਮੈਂਟ ਦੇ ਵਹਿਦੇ ਸਨ ਕਿ ਸਮਾਲ ਫਾਰਮਰਸ, ਮਾਰਜਨਲ ਫਾਰਮਰਸ, ਉਸ ਡੈਫੀਨੇਸ਼ਨ 'ਚ ਵੀ ਉਹ ਸੀ। ਸੁਸਾਇਟੀ ਦੇ ਜਿਹੜੇ ਕਰਜ਼ੇ ਉਸ ਡੈਫੀਨੇਸ਼ਨ 'ਚ ਵੀ ਸੀ, ਮਗਰ ਉਹਨਾਂ ਦਾ ਕਰਜ਼ਾ ਨਹੀਂ ਮਾਫ ਹੋਇਆ। ਔਰ ਉਹਨਾਂ ਨੇ ਇਸ ਲਈ ਜ਼ਿੰਮੇਵਾਰ ਕਿਹਨੂੰ ਠਹਿਰਾਇਆ? ਕਾਂਗਰਸ ਪਾਰਟੀ ਦੇ ਝੂਠੇ ਲਾਰੇ ਵਹਿਦੇ ਲਾਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ। ਔਰ ਹੋਇਆ ਕੀ ਹੈ ਕਿ 1500 ਤੋਂ ਵੱਧ ਕੀਮਤੀ ਜਾਨਾਂ ਚਲੇ ਗਈਆਂ ਨੇ। ਚੋਣ ਮੈਨੀਫੈਸਟੋ ਕਾਂਗਰਸ ਦਾ ਕੱਢੋ, ਉਹਦੇ 'ਚ ਸਪਸ਼ਟ ਲਿਖਿਆ ਕਿ ਜੇ ਕੋਈ ਕਿਸਾਨ ਖੁਦਕੁਸ਼ੀ ਕਰੂਗਾ ਉਹਦਾ 10 ਲੱਖ ਰੁਪਈਆ ਮਾਫ ਹੋਊਗਾ, ਔਰ 1 ਸਰਕਾਰੀ ਨੌਕਰੀ ਦਿੱਤੀ ਜਾਊਗੀ। ਅੱਜ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੈ, 1 ਨੂੰ ਵੀ ਨੌਕਰੀ ਨਹੀਂ ਦਿੱਤੀ ਹੈ ਜਾਂ ਉਹਨਾਂ ਦੀ 10 ਲੱਖ ਦੀ ਮਾਫੀ ਨਹੀਂ ਪੂਰੀ ਕੀਤੀ। ਇਸੇ ਤਰ੍ਹਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਹਾਡੀ ਕੁਰਕੀ ਨਹੀਂ ਹੋਊਗੀ। ਸਾਡੇ ਕੋਲ ਵਿਧਾਨ ਸਭਾ 'ਚ ਅਸੀਂ ਐਤਕੀ ਫਿਰ ਸਬੂਤ ਪੇਸ਼ ਕਰਾਂਗੇ ਕਿ ਕੇਵਲ ਕਰਜ਼ਾ ਹੀ ਨਹੀਂ ਮਾਫ ਕੀਤਾ, ਨਾਲ ਕੁਰਕੀ ਵੀ, ਜਿਹੜਾ ਵਾਅਦਾ ਸੀ ਕਿ ਕੁਰਕੀ ਨਹੀਂ ਹੋਏਗੀ, ਕੁਰਕੀ ਵੀ ਲੋਕਾਂ ਦੀ ਕਰਾਤੀ। ਔਰ ਇਹ ਹਾਲਾਤ ਬਣਾਤੇ ਕਿ ਝੂਠੇ ਵਾਅਦਿਆਂ ਕਰਕੇ ਲੋਕ ਕਰਜ਼ਾਈ ਸਾਡੇ ਕਿਸਾਨ ਵੀਰ ਜਾਂ ਖੇਤ ਮਜ਼ਦੂਰ ਵੀਰ ਹੋਰ ਹੋ ਗਏ, ਮਤਲਬ ਉਹਨਾਂ ਲਈ ਦੋਹਰੀ ਦੋਹਰੀ ਮਾਰ ਉਹਨਾਂ ਨੂੰ ਪਈ। ਇਸੇ ਤਰ੍ਹਾਂ ਸਰਕਾਰ ਨੇ ਕਿਸਾਨਾਂ ਨਾਲ ਤਾਂ ਜੋ ਧੋਖਾ ਕੀਤਾ ਉਹ ਕੀਤਾ ਤੁਹਾਡੇ ਸਾਹਮਣੇ ਹੈ ਕਿ ਦਿੱਲੀ ਦੀ ਸਰਕਾਰ ਨਾਲ ਰਲ ਕੇ ਵੀ, ਕੇਂਦਰ ਦੀ ਭਾਜਪਾ ਦੀ ਸਰਕਾਰ ਨਾਲ ਰਲ ਕੇ ਵੀ ਕਾਂਗਰਸ ਪਾਰਟੀ ਕਿਵੇਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਆ ਪਿਛਲਾ ਸੈਸ਼ਨ ਹੋਇਆ ਸੀ, ਉਸ ਪਿਛਲੇ ਸੈਸ਼ਨ 'ਚ ਵੀ ਮੈਂ ਕਿਹਾ ਸੀ ਆ ਜਿਹੜੇ ਇਹ ਅਮੈਂਡਮੈਂਟਸ ਲੈ ਕੇ ਆਏ ਹੈ ਇਹ ਗਲਤ ਨੇ। ਔਰ ਅੱਜ ਕਿਸਾਨ ਜਥੇਬੰਦੀਆਂ ਕਿਸਾਨ ਵੀ ਉਹ ਗੱਲ ਕਹਿ ਰਹੇ ਹੈ ਕਿ ਅਮੈਂਡਮੈਂਟਸ ਲਿਆਉਣਾ ਮਤਲਬ ਕਿ ਦਿੱਲੀ ਦੇ ਕਾਨੂੰਨ ਨੂੰ ਮੰਨਣਾ, ਮਗਰ ਉਹ ਸਾਰਾ ਡਰਾਮਾ ਰਚਿਆ ਗਿਆ। ਖਜ਼ਾਨੇ 'ਚੋਂ ਪੈਸੇ ਇੱਕ ਸੈਸ਼ਨ 'ਚ ਬੁਲਾਉਣ 'ਚ ਖਰਚ ਹੁੰਦੇ ਆ, ਖਰਚ ਕਰਕੇ ਇੱਕ ਡਰਾਮਾ ਰਚਿਆ ਗਿਆ ਕਿ ਮੈਂ ਪੰਜਾਬ ਦੇ ਕਿਸਾਨਾਂ ਕੋਲ ਸੱਚਾ ਹੋ ਜਾ ਤੇ ਮਗਰ ਨਾਲ ਹੀ ਮੈਂ ਦਿੱਲੀ ਖੁਸ਼ ਕਰ ਲਾਂ। ਮਗਰ ਕਿਸਾਨ ਏਡੇ ਭੋਲੇ ਜ਼ਰੂਰ ਨੇ ਸਾਡੇ ਵਿਚਾਰੇ ਕਿਸਾਨ, ਮਗਰ ਇਹ ਉਹਨਾਂ ਨੂੰ ਮੂਰਖ ਸਮਝਣਾ, ਬੁੱਧੂ ਸਮਝਣਾ, ਉਸ ਕੰਮ 'ਚ ਕੈਪਟਨ ਅਮਰਿੰਦਰ ਸਿੰਘ ਫੇਲ ਹੋਏ। ਔਰ ਅੱਜ ਵੀ ਤੁਸੀਂ ਵੇਖ ਲਓ ਕੱਲ ਦਾ ਡਰਾਮਾ, ਮੈਂ ਹੈਰਾਨ ਹੋ ਗਿਆ। ਇੱਕ ਪਾਸੇ ਗਵਰਨਰ ਐਡਰੈਸ ਹੈ, ਗਵਰਨਰ ਐਡਰੈਸ ਮਤਲਬ ਕਿ ਗਵਰਨਰ ਸਾਹਿਬ ਆ ਰਹੇ ਆ ਐਡਰੈਸ ਪੜ੍ਹਨ ਵਾਸਤੇ, ਜਿਹੜਾ ਐਡਰੈਸ ਉਹਨਾਂ ਨੇ ਪੜ੍ਹਨਾ
वो लिख के किने दिता है? चीफ मिनिस्टर साहब ने अप्रूव करके दिता, उन्हां दी सरकार ने, कैबिनेट ने। दूजे पासे उसे गवर्नर साहब का विरोध करन वास्ते जाखड़ साहब जा रहे। मैं पूछना चाहना जाखड़ साहब, फर्स्ट टाइम इन द हिस्ट्री, फर्स्ट टाइम एक पासे कैबिनेट ने गवर्नर साहब नू इनवाइट किया कि तुसी आउना, रेड कारपेट वेलकम लग रहा, ते दूजे पासे जाखड़ साहब एमएलए नू लेके उहदे विरोध च जा रहे। ये हासोहीणी गल भी होगी, लोगों नू मूर्ख बनाउण दा एक नवा पैंतड़ा भी हो गया। ते दूजी गल मैं कांग्रेस के एमएलए नू पुछना चाहुंदा कि उत्थे घराओ च होंगे कि विधानसभा च टेबल थपथपा रहे होंगे? गवर्नर दे साहब ने जिहड़ा झूठ तुसी लिख के दिता वो जब पढ़िया जा रहा होगा, कमाल होगी। मतलब लोगों नू तुसी पंजाब दे एडा मूर्ख समझ लिया हो कि तुसी जेड़ा मर्जी दा पेच खेडी जाओगे तो लोग कहणगे वाह कप्तान ने ते जाखड़ ने बल्ले बल्ले करा दी। हाउ कैन यू इवन थिंक ऑफ फूलिंग द पीपल ऑफ पंजाब इन दिस वे? तुसी जे गवर्नर साहब का घराओ करना, छड्डो कल का एड्रैस ओहदे च, तां मैं अज कहिंदा झूठ लिखिया होगा। गवर्नर साहब की तो मजबूरी है, उन्होंने थोड़ा झूठ पढ़ देना कल, असी उहदा विरोध करांगे, असी नहीं झूठ नूं सुन के राजी। मगर जे तुसी सच्चे हो फिर चलो असी भी चलते थोड़े नाल, गवर्नर नूं सवेरे घर तो बाहर ना निकल दईए, उत्थे घेर के अंदर दईए कि सरकार दा झूठ पढ़न दी लोड कोई नहीं, पंजाब ने उस झूठ नूं ना मनना ना सुनना। मगर जाखड़ साहब च लगदा इन्नी हिम्मत होनी नहीं। दूजी गल वेखो, एक सब तो वड्डा वर्ग जिहदे नाल इन्हां ने धोखा छड्डो, मतलब जिन्ना वड्डा फ्रॉड उन्हां नाल कीता शायद ही किसी होर नाल कीता होवे, किसानी नाल तां कीता ही, साडे दलित भरावां नाल कीता। वड्डी गल जिहड़ी रीढ़ दी हड्डी हुंदी है किसी सरकार दी, उह इंपलॉईज हुंदे आ। उन्हां इंपलॉईज नाल की वादा सी कि पहली कैबिनेट च सारे पक्के कर देंगे कॉन्ट्रैक्चुअल। मैनू लगदा अखीरली कैबिनेट की वारी तुरी आउंदी है, मगर उन्हां दा वादा उत्थे दा उत्थी। और उन्हां नू सट कीड़ी मारी, एक सट तां मारी उन्हां नू कि 19 तो लैके कोई मैनू लगता 6 इंस्टॉलमेंट्स बन गईआं ने, कोई 7,000 करोड़ बन गया उन्हां दा, ना डीए ना टीए, 7 इंस्टॉलमेंट्स, सारे पत्ते उन्हां दे दब के बह गए। मतलब हक इंपलाईज दा ते डाका कांग्रेस की कैप्टन अमरिंदर सिंह की सरकार मार रही है। कल्ली ये गल नहीं कि उन्होंने टीए डीए रोक लिया, उन्होंने एक नवी मार मारी। सानू मान है इस गल का कि पंजाब च बादल साहब ने पंजाब पेश के नू देश सारा मनदा, इन्होंने फैसला कर लिया कि नवी भर्ती कोई होगी वो सेंट्रल पे स्केल ते होगी। मतलब एक होर मार, तीजी मार उन्हां ते केड़ी मारी कि जेड़ा पे कमीशन लागू होना सी उहदियां मीटिंगां, पता नहीं केड़ी मीटिंग हो रही है उहदी, बुलाया उन्हां ने किसे इंपलाई दी जथेबंदी नूं हले तक नहीं। मगर वह जिहड़े उहदे पे कमीशन दे चेयरमैन ने, मैनूं लगदा साह जय सिंह गिल साहब, उन्हां नूं दे एक्सटेंशन ते एक्सटेंशन कि हले साडियां मीटिंगां ही नहीं लोकां नाल मुलाजमां नाल मुक्की। मुलाजम मीटिंग मंगता है तो तुसी टाइम नहीं देंदे, जे टाइम दे देने हो तो फिर उन्हूं कुट दे हो कि तू क्यों मोती महल वालू आ गया, जिहड़ा महिंद्रा महल है नवा शहर महिंद्रा पैलेस ही है उत्थे किसे नूं नेड़े फड़कन नहीं दिंदे चिड़ी नूं, ते लोकां नूं इस तरह मूर्ख बनाए कि तुसी समझदे हो कि लोग बन जाने। देखो मैनू किसे दा ये नहीं कोई परसनल, कोई किसी के प्रोग्राम से जाए जी सद के जाए, मैं वधाई दिना अच्छ कैप्टन साहब के परिवार से विह, अच्छ गवर्नर साहब भी मैं लगता उत्थे गए हुए, तो सवेरे कहदा ड्रामा रची जाने। सबनों पता कि गवर्नर साहब एक तो पंजाब के गवर्नर भी ने नाल कैप्टन साहब के, तो एक परसनल फ्रेंडशिप भी है राजे राजे ने, तो राजे राजे रल के प्रजा का बुरा क्यों बना रहे हो, क्यों यह जहाँ काम कर रहे हो? सच्चाई तो सामने रखो,
लोगों के दर्द न समझो, मतलब मैं उधर सानू सब कठिया करके चलो जी विधानसभा की काले कानून पास हो गए, चलो जी गवर्नर के घर कि जी ये काले कानून से वापस करने लिए असी आज जो अमेंडमेंट लैन मंजूर करो, हुण तां तुहाडा गवर्नर साहब करते नहीं तो फिर बाइकआउट करना सी ना सोच ली ना उह कदे उन्हां नूं मिलना चाहिए सी। मगर यह सारा कुछ है पंजाब की जनता नूं मूर्ख बनाउण वास्ते, उह गल दिल्ली नाल ते दिल्ली दे चुने हुए नुमाइंदिआं नाल कप्तान साहब की ते कांग्रेस के राहुल गांधी की इको गल है, ये गल तो स्पष्ट। अगली गल इन्होंने किया कि घर घर रोजगार दे देंगे, चलो वह भी थोनू पता किन्न मिल गई, जिन्हें के कच्चे तुरे आते नहीं पक्के हो रहे थे, नवयां नू तां कित्थों दे देनी है। फिर यह कहा कि जब तक रोजगार नहीं थोनू भत्ता देवांगे, जे भत्ते वाली दसो हुणी दर्शन करा दिओ, अखीरला साल आ गया कि पत्ते मिले है, वो 2000 या 2500 पत्ता इन्होंने पर महीने 2500 देने को कहा सी, नथिंग। और मैं हैरान हो जाना झूठ मारन वेले तो रिकॉर्ड ही छड़ दिंदे सारे, एक अखबार च खबर कढ़ाती अजो विनू प्रसाद जी ने कुछ करना सी, चलो विआह समागम सी कुछ करना सी, कहिंदे जी बिजली बोर्ड ने घर घर रोजगार से बड़ा मोर लाती। कमाल है विनू जी, तुसीं तां पंजाब च रहना है, सरकारां बदलदियां रहणगे, तुसीं तरस कर लैंदे, तुसीं कप्तान नूं खुश करन तुहानूं की, तुसीं तां बण ही जाणा जिहड़ा तुहाडा कदे चीफ सैकटरी जां अडिशनल चीफ सैकटरी तुसीं लग ही जाणा, तुसीं क्यों इस झूठ च नाल रली जांदे हो, मैनूं उहनां ते हैरानगी हुंदी है। चंगे भले तुसीं अफसर हो, सही दा साथ देण वाले हो, तुसीं किहड़े चक्कर च फसी जांदे हो। इसे तरहां एक होर अखबार च कहिंदे जी इन्नी इनवैसटमेंट आ रही है, पता नहीं 75,000 करोड़, आ 2-3 दिन पहला इनवैसटमेंट ब्यूरो ने आपका एक खबर छपा दी। थोनू किथे पंजाब जांदियां नूं किथे कोई नवी फैक्टरी लगती दिखी है थोनू किसे? मैनू तो नहीं दिखी। और ये तो उहने पच लाउण दा भी रिबन कट दिंदे कांग्रेसी, ये नवी फैक्टरी लाउंदे तां रिबन ना कट्टण, ये हो सकता? इन्हां नूं पुछो तुसीं रिबन ही किन्ने कट्टे नवी फैक्टरियां दे, इन्हां नूं तां नहीं जवाब आउणा। मगर दे तेरे दी मारो झूठ जिहड़ा वजदा चक्की आओ फटे, कमाल हो गई। कुछ तरस करो पंजाबियों ते, पंजाब दी नौजवान पीढ़ी ते। और अखीरला जिहड़ा इन्होंने इस तरह सोशल वेलफेयर स्कीम, देखो 2 लाख बच्चा है जी SC भाईचारे का ते OBC भाईचारे का, जिन्हों गवर्नमेंट ऑफ इंडिया तहत एक स्कीम तहत उहदी एजुकेशन वास्ते सो दैट ही कैन ऑलसो कंपीट विद अदर चिल्ड्रन ऑफ पंजाब, ही कैन ऑलसो बी ऑन अ सिमिलर प्लेटफॉर्म। यह ना हो कि उसकी आर्थिक हालात करके, वो मापिया की हालात माड़िया होने करके उन्होंने नौकरी पढ़ाई तो वांझे रह जाए। वो स्कीम एक चली, स्कीम रुक गई, फिर इन्होंने कहता नहीं जी असी चलावांगे स्कीम। इन्हों पुछो तुम एडे फैनफेयर न एक आपकी स्कीम लॉन्च की, उस दवानी भी किसी दिती? दवानी छोड़ो, जिहड़ा पहला बकाया सी सेंटर तो पैसे आए हुए वो तुसीं अगे नहीं दिंदे, उहदा रिजल्ट की निकलिया कि अज कई कालजां ने बच्चों नूं डिग्री देण तो रोकता। इहदे लई कौन जिम्मेवार? सीधे तो सीधे कैप्टन अमरिंदर सिंह इहदे लई जिम्मेवार। और वड्डी गल जे कपले होए, वेखो दो बंदिआं नूं तां मैं कहिंदा जी पंजाब पुरस्कार नाल अवार्ड कर दिओ, एक दिनकर गुप्ता जी नूं, एक विनी महाजन जी नूं, जिन्हां ने कोई इनक्वायरी आ जाए SC स्कॉलरशिप दी, उन्हें कृपा शंकर सरोज ने इनक्वायरी की, इनक्वायरी का 2-3 अफसर ला के यहोजा भोग पवाया कि कृपा शंकर सरोज तां लभे ते भी नहीं लभदा, मैनूं लगदा पता कित्थे लग्गिआ उन्हूं, एक खूंजे चो भी खूंजी पोस्टिंग च वाड़िया। तो जिन्हें सही काम किया वह तो रगड़ता, तो जिन्हें धर्म सोत नूं जे मैं तुहानूं सच्ची दसा यमराज भी क्लीन चिट ना दे, मगर विनी महाजन जी ने उन्हूं भी क्लीन चिट दे दी, कमाल हो गई यार। और ये इलैक्शन होके हटी है आ मुनिसिपल चोणां, थोनू असल दे वधाई दे पात्र दे कोई है ते मियां बीवी जी ने जो पंजाब दी इनक्वायरी दा भोग पाउंदे आ,
कोई पुलिस को चले जाए ज चीफ सैकटरी साहब को चले जाए यह जहाँ भोग पाते उस इनकुआरी का कि कख नहीं निकल के आने देंगे आखो की कर रहे हम दोवें बड़ा कुछ होना इतने एक गैंगस्टर है की ना वह थोनू पता ही होना मुख्तार अंसारी कमाल होगी जी कमाल देखो ओदे लई 50 लाख दे वकील करते सुप्रीम कोर्ट तक केस लड़ता कि इहनू नहीं असी थोनू दे सकते ये तो साडा कीमती हीरा ये तो साडी मतलब वो अखीरली जिन्हें बारी खेडनी है बाई वाली मैं लगता कदे इहनू ना मुख्यमंत्री का चेहरा बना दें एडे प्रभावित होए फिरदे उहदे तो उत्ते एक परचा है पंजाब च एक मैनू लगता 50 फुट की एक दुकान ते कब्जा करन दा उहदे ते उह भी परचा आप ही बनाया इन्हां ने उहदे पिछे उहनू इत्थे रख छड्डिया यूपी की सरकार उहनू मंगी जांदी उहनू दिंदे दसो ये हालात बन रहे हैं जब पंजाब दे इनवैसटमेंट आनी इत्थे ये कहिंदे 75 लाख करोड़ आ गया किने करनी इनवैसटमेंट और वड्डी गल वेखो आ गुरलाल भलवान ने मैं भावें वह कांग्रेसी है आ फरीदकोट हल्के तो मैं लगता कांग्रेस पार्टी का जिला प्रधान जिला प्रधान जिला परिषद मैंबर दिन दिहाड़े उत्ते मर्डर होया हर चीज रिकॉर्ड हुई है सीसीटीवी कैमरे च अज तक उहदा इंसाफ कांग्रेसी नूं नहीं मिल रहा अभी तो बहुत दूर की गल साडे एमएलए दे घर दे बाहर शूटिंग जिन्हें किया मियांवंड साहब ने एक्स एमएलए 10 परचे उत्ते दर्ज है शब्बा कांग्रेसी ते गैंगस्टर जग्गू भगवानपुरिया वह गैंगस्टर उहदा हैप्पी बर्थडे भी यह मनाते हैं उन्होंने हर चीज़ की फैसिलिटी भी देंदे है जे इनवैसटमेंट इन्होंने की है किसी चीज़ च तो मैं कह सकता गैंगस्टर च की है जिदा बेनीफिट आने वाले समय से रीप करना चाहते जो जेल मिनिस्टर इन्हों पुछो तुम जैमर लाने से लग गए जैमर दुनिया जाम करती पंजाबी जाम करते जैमर नहीं लगे इन्होंने इन्हों जरा सलाह कौन दे रहा एक तो होंगे ना कि एक्स DGP जेल सलाह दे रहा ज किरण बेदी वर्गी सलाह दे रही है जिन्हें जेलों से जिदा ट्रैक रिकॉर्ड है सुधार की उन्होंने आके एक गैंगस्टर सलाह दे रहा कि जेल चलाने कि दसो उन्हें जेल तो उस तरीके चलाना चाहूगा जो गैंगस्टर मनपसंद है तो वह सलाह ले रहे हैं वह सलाह कितने दे रहा आके सैक्रटेरीएट सैक्रटेरीएट तो जो कोई चढ़ना चाहे थोड़े वर्गा नहीं चढ़ सकता थोड़ा विधानसभा बढ़न तो नहीं दिता कई ऐतकी थोनू तो जान नहीं देंदे सैक्रटेरीएट जां विधानसभा पौड़ियां चढ़ के उन्होंने कदे कोल्ड कॉफी कदे हॉट कॉफी फिर उन्होंने लड्डू कदे बर्फी कि यह भाऊ सलाह दो कि जेल किवें चलनी चाहिए ये तो हालात बने पे इसलिए गल्लां तो यह जी बड़िया ने फिर कहा सी साडी बेटियां नू कि थोनू फ्री एजुकेशन देवांगे क्लास 1 तो लैके PhD थोनू कोई मिलिया जिन्हों PhD वाली कोई साड़ी बेटी पंजाब की जिन्होंने इन्होंने फ्री एजुकेशन दी हो इस तरह इन्होंने कहा कि असी 5 रुपए यूनिट बिजली का देवांगे दसो इंडस्ट्री नू कोई इंडस्ट्री यह जी नहीं जिन्हों 7.5 रुपए तो घट बिजली मिलती हो 9-9 रुपए तक यूनिट है पंजाब च अज सब तो महंगी बत्ती जे है तो पंजाब च अज 9 रुपए के नेड़े तेड़े घर की बत्ती या इंडस्ट्री की बत्ती का रेट बनया और इन्होंने कोविड दौरान सरकार रहता दिंदियां होंदियां ने साडी पंजाब की सरकार ने कमाई करती आ वैट वधिया मैं तो हैरानगी होंदी है आ मैनू लगता जाखड़ साहब का जिहड़ा कल का धरना डीजल पेट्रोल के खिलाफ है दसो जाखड़ साहब धरना तो देना चाहिए सी खजाना मंत्री दे उल्ट उहदे दिल की गल जे पुछो ना खजाना मंत्री की उहदी सब तो वध कमाई कित्थों होई है तो उहनू डीजल पेट्रोल दे वैट तो होई है वह चाहुंदा ही नहीं जदों डीजल पेट्रोल का भाव वधदा कहिंदे शाम नू उह घरे केक कटदा है कि अज 100 करोड़ होर वध गया पंजाब का क्योंकि जिवें जिवें रेट वधणगे उस तरह वैट वधदा जे कम करन वाला सी जिहड़ा मैं कह रहा कि लोगों का मूर्ख बनाउंदे आ जाखड़ साहब का कोई कम करन वाला सी ते जाके खजाना मंत्री दे गल च गूठ दिंदे कि पंजाबी सफर कर रहे हैं पंजाब सफर कर रहे हैं केंद्र की सरकार गलत काम कर रही है विरोध करो मगर तुसी 20-20 रुपया वैट पेट्रोल ते इकट्ठा कर रहे हो
इनू घटा के 5 रुपए कर दो या 10 रुपए कर दो तो किया ही जाना सज्जे नू हुंदा निशाना खब्बे नू मारी जांदे पता नहीं लोकां नू की समझ है कि समझ कोई नहीं आ रही इसलिए बड़ा कुछ सी 50 लाख कहिंदे स्मार्टफोन देने आ मैं लगदा स्मार्टफोन तो इन्हां दे कोल ही रह गए आ जिहड़े इन्हां दे स्मार्ट वजीर ने जां इन्हां दे स्मार्ट एमएलए ने जिहड़ा रोज ही कोई चंद चाड़दे आ जां जिहड़ा इलीगल माइनिंग करदा उहदे कोल जरूर स्मार्टफोन है क्योंकि स्मार्ट काम करना हुंदा फड़े नहीं जाना हुंदा नहीं तो फड़े जाऊंगे उहो जिहे नू देते स्मार्टफोन सारे हाँ जी की लेना उदा नाम देखो जेड़ा प्रिंस टेलर दे पैसे ना दवे ओ कादा राजा है मगर जो दिते ओने भी गाला कट के ले मैं ता ओ देखो असल च नहीं ओ ओदा प्रिंस टेलर नु भी सम्मानित करना चाहिए जिने एडी हिम्मत विखाई आप दे हक दी कमाई लै गया नहीं तो वह भी नहीं मिलती इंपलाइज नू तां ओह वी नहीं मिलदी ड्यूटी करन वाली इसलिए हुण तां इह चलो उहने रस्ता भी विखाता कि जिहड़ा इहनां दे दुआले आऊ उहदा ही कुछ मिलू चलो आऊगा तो लग जू पता खजाना मंत्री साहब की एक बहुत बड़ी जबरदस्त स्कीम सी तुसीं भुल गए होणे असीं तां नहीं भुलदे एक कहिंदे हरा ट्रैक्टर स्कीम जे भुल गए तुसीं हरा ट्रैक्टर स्कीम 25,000 ट्रैक्टर देने सी मिले जी किसे नू हरे छड्डो पीले नहीं लभ रहे जिहदे कोल पीला सी उहदा इंजन सी जो उहनू आया लाल होया फिरदा कि पापा इहदे च कुछ पै जे उह डीजल दा रेट वधिया फिरदा इह जे झूठ तां मेरे कोल ना इहनां दे बड़ा कुछ बणिया पिया मगर मैनू भी पता तुसीं इन्ना कुछ मेरा छापना नहीं इसलिए मैं इत्थे तक ही कम नूं मुका दिंदा क्योंकि इहदे च एससी भाईचारा उहनां दी सोशल वैलफेयर स्कीमां ਉਹਨਾਂ ਨਾਲ ਧੋਖਾ ਇੰਪਲਾਈਜ਼ ਨਾਲ ਧੋਖਾ ਅਤੇ ਧੱਕਾ ਇਸ ਲਈ ਮੈਂ ਤਾਂ ਸਭ ਨੂੰ ਅਪੀਲ ਕਰਦਾ ਸਾਰਿਆਂ ਨੂੰ ਚਾਹੇ ਮੇਰੇ ਐਸ ਸੀ ਵੀਰ ਹੈ ਚਾਹੇ ਇੰਪਲਾਈਜ਼ ਹੈ ਚਾਹੇ ਉਹ ਗੰਨਾ ਕਿਸਾਨ ਵੇਖੋ ਕਿਹੜੀ ਸਰਕਾਰ ਹਮਦਰਦੀ ਕਿਸਾਨਾਂ ਨਾਲ ਕਰ ਸਕਦੀ ਜੇ ਸੱਚੇ ਨੇ ਅਤੇ ਕਿਸਾਨਾਂ ਨੂੰ ਫਿਰ ਆਪਦੇ ਗੰਨੇ ਦੇ ਕਿਸਾਨਾਂ ਨੂੰ ਉਹ ਰੇਟ ਕਿਉਂ ਨਹੀਂ ਦਿੰਦੇ ਜਿਹੜਾ ਹਰਿਆਣੇ ਜਾਂ ਯੂਪੀ ਨੂੰ ਮਿਲਦਾ ਜਾਂ ਉਹਨਾਂ ਦੇ ਬਕਾਏ ਕਿਉਂ ਨਹੀਂ ਦਿੰਦੇ ਉਹਨਾਂ ਦੇ ਬਕਾਏ ਕਿਉਂ ਦੱਬ ਕੇ ਬੈਠੇ ਜਿਨ੍ਹਾਂ ਜਿਨ੍ਹਾਂ ਨਾਲ ਇਹ ਸਰਕਾਰ ਨੇ ਧੱਕਾ ਕੀਤਾ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦਾ 1 ਤੋਂ 10 ਤਰੀਕ ਇਹਨਾਂ ਦੀ ਚੀਕਾਂ ਕਢਾ ਦਿਓ ਵਿਧਾਨ ਸਭਾ ਘੇਰ ਕੇ ਨਹੀਂ ਤਾਂ ਇਹਨਾਂ ਨੇ ਝੂਠ ਬੋਲ ਬੋਲ ਕੇ ਉੱਥੇ 80 ਗਿਣਤੀ ਹੈ ਜਿਵੇਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਅੱਧਿਆਂ ਨੂੰ ਕਿਉਂ ਨਹੀਂ ਵੜਨ ਦੇ ਰਹੇ ਦੇਖੋ ਜਿੰਨੀ ਪ੍ਰੈਸ ਆਊਗੀ ਵੱਧ ਤੋਂ ਵੱਧ ਉਹ ਫ੍ਰੀ ਰਿਪੋਰਟਿੰਗ ਕਰੂਗੀ ਮਗਰ ਪਹਿਲਾਂ ਤਾਂ ਬੈਨ ਕਰਤਾ ਕਿ ਕੋਈ ਨਾ ਵੜੇ ਚਲੋ ਤੁਸੀਂ ਰੌਲਾ ਪਾ ਦਿੱਤਾ ਮੈਨਾਂ ਦਾ 23, 28, 27 ਲਾਈਵ ਕਰਤੇ ਹਾਲੇ ਕਈਆਂ ਦਾ ਟੈਸਟ ਹੋਣਾ ਜਿਵੇਂ ਸੁੱਖੀ ਰੰਧਾਵੇ ਦਾ ਰਿਕਾਰਡ ਆ ਗਿਆ ਨਾ ਟੈਸਟ ਦਾ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਬਲਬੀਰ ਸਿੱਧੂ ਨਲਾਇਕ ਹੈ ਹੁਣ ਤਾਂ ਉਹਨਾਂ ਦਾ ਵਜ਼ੀਰ ਆਖ ਹੀ ਜਾਂਦਾ ਹੁਣ ਤਾਂ ਸਾਡੀ ਗੱਲ ਤਾਂ ਨਹੀਂ ਇਹ ਜੇ ਕਿੰਨੇ ਗਰੀਬਾਂ ਨਾਲ ਬਾੜੀ ਕੀਤੀ ਹੋਣੀ ਜਦੋਂ ਅੰਮ੍ਰਿਤਸਰ 'ਚ ਵੀ ਕੇਸ ਹੋਏ ਸੀ ਇਹ ਲੋਕਾਂ ਨੂੰ ਨੈਗੇਟਿਵ ਨੂੰ ਪੋਜ਼ਿਟਿਵ ਕਰੀ ਜਾਂਦੇ ਸੀ ਉਹਨਾਂ ਤੋਂ ਪੈਸੇ ਕੱਢੀ ਤੁਰੀ ਜਾਂਦੇ ਸੀ ਖਰਚਾ ਲਈ ਜਾਂਦੇ ਸੀ ਰੌਲਾ ਪਿਆ ਉਹ ਇਨਕੁਆਇਰੀ ਦਾ ਕੀ ਬਣਿਆ ਧੰਨ ਹੋਵੇ ਦਿਨਕਰ ਗੁਪਤਾ ਜੀ ਨੇ ਇਨਕੁਆਇਰੀ ਦੇ ਚੱਕ ਤੇ ਫਟੇ ਕੱਖ ਨਹੀਂ ਨਿਕਲ ਕੇ ਆਉਣ ਦਿੱਤਾ ਇਸ ਲਈ ਇਹ ਜਿਹੜੇ ਇਹ ਮੀਆਂ ਮਿੱਠੂ ਨੇ ਨਾ ਸਾਡੇ ਗੁਪਤਾ ਜੀ ਅਤੇ ਬੀਬੀ ਵਿਨੀ ਜੀ ਇਹ ਠੀਕ ਹੈ ਕੈਪਟਨ ਸਾਹਿਬ ਨੂੰ ਤਾਂ ਕੁਛ ਕਰ ਦੇਣਗੇ ਚੂਰੀ ਖਾ ਖਾ ਮਗਰ ਜੋ ਹਾਲ ਪੰਜਾਬ ਦਾ ਇਹਨਾਂ ਨੇ ਕਰ ਦੇਣਾ ਉਹਦਾ ਕੋਈ ਹਿਸਾਬ ਨਹੀਂ ਮੈਂ ਬੜੇ ਦੁਖੀ ਹਿਰਦੇ ਨਾਲ ਅੱਜ ਇਹ ਗੱਲ ਕਹਿ ਰਿਹਾ ਕਿਉਂਕਿ ਮੈਂ ਵੀ ਆਸ ਕਰਦਾ ਸੀ ਕਿ ਐਡੇ ਆਲਾ ਅਫਸਰ ਨੇ ਐਡੀ ਉਤਲੀ ਪੋਸਟ 'ਤੇ ਬੈਠੇ ਆ ਕੋਈ ਸੱਚ ਤਾਂ ਕਰਨਗੇ ਕਦੇ ਤਾਂ ਸੱਚ ਦਾ ਸਾਥ ਦੇਣਗੇ ਹਾਉ ਐਵਰੀ ਟਾਈਮ ਦੀਸ ਟੂ ਆਫੀਸਰਸ ਟਰਨ ਅ ਬਲਾਈਂਡ ਆਏ ਟੂ ਦ ਟਰੂਥ ਵਾਟ ਇਜ਼ ਹੈਪਨਿੰਗ ਇਨ ਪੰਜਾਬ ਇਟ ਇਰੀਟੇਟਸ ਅਸ ਐਂਡ ਇਟ ਪੇਨਸ ਅਸ ਕਿ ਇਹ ਕੀ ਹੋ ਰਿਹਾ ਔਰ ਇਹੀ ਕੁਛ 10 ਦਿਨ ਅਗਲੇ 10 ਦਿਨ ਪੰਜਾਬ ਦੀ ਵਿਧਾਨ ਸਭਾ 'ਚ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਤੁਹਾਨੂੰ ਨਹੀਂ ਵੜਨ ਦੇ ਰਹੇ ਸਾਡਾ ਸਭ ਦਾ ਟਾਈਮ ਕਿਹੜੀ ਹੈ ਹਾਰੀ ਸਾਰੀ ਡਿਬੇਟ ਕੀ ਹੈ ਜੀ ਅਕੋਰਡਿੰਗ ਟੂ ਸਟਰੈਂਥ ਠੀਕ ਹੈ ਜੀ ਉਹ ਵਿਧਾਨ ਕਰ ਦਾ ਇੱਕ ਰੂਲ ਹੈ ਹੁਣ ਸਟਰੈਂਥ ਕੀ ਹੈ 80 ਤੁਹਾਡੇ ਨਾਲ ਨੇ ਐਮਐਲਏ ਜਿਹੜੇ ਆਪ ਹੈ ਅੱਧੀ ਆਪ ਤੁਹਾਡੇ ਨਾਲ ਚੜ੍ਹੀ ਹੈ ਹੁਣ ਜਿਵੇਂ ਖਹਿਰਾ ਸਾਹਿਬ ਵਰਗੇ 4 ਸਾਲ ਉਹਨਾਂ ਦੇ ਅਸਤੀਫੇ 'ਤੇ ਨਹੀਂ ਫੈਸਲਾ ਹੋ ਪਾਇਆ ਦੇਖੋ ਕਮਾਲ ਹੋ ਗਈ ਕਿਉਂ ਨਹੀਂ ਹੋ ਪਾਇਆ ਕਿਉਂਕਿ ਉਹ ਕਿੱਥੇ ਨਾ ਕਿਤੇ ਕਪਤਾਨ ਸਾਹਿਬ ਨੂੰ ਖੁਸ਼ ਕਰ ਲਿਆ ਦੂਜੀ ਗੱਲ ਉਹ ਜਿਹੜੇ ਐਮਐਲਏ ਛੱਡ ਕੇ ਆਪ ਤੋਂ ਕਾਂਗਰਸ 'ਚ ਚਲੇ ਗਏ ਸੀ ਉਹ ਜੋ ਵਾਪਸ ਵੀ ਆ ਗਏ
स्पीकर साहब तो हले तक फैसला ही नहीं होया, मतलब वो आपका लुट खो करके जेड़ा करना सी करके आ गए ते साडे स्पीकर साहब हले भी कहिंदे जी तुहाडे फैसला ही नहीं। जब इस तरह धज्जियां पार्लीमेंटरी प्रोसीजर्स दियां उडाइयां जाण अंदर की होना है की नहीं होना, आई थिंक पंजाब दे लोग भी जानते ने कि इस सैशन ने की कर देना, मगर अफसोस की गल है कि इस तरीके का धोखा तो धक्का पंजाब की विधानसभा के सैशन से हुक्मरान पार्टी कर रही है। और पंजाब के लोग मैं समझदा कि म्यूट स्पैक्टेटर्स अज जरूर ने मगर बाई च आपका कचरा कढ़ देंगे। सो अज का दिन सलाह कला थोड़े लिए इसलिए याद किया, देर आर नंबर ऑफ अनफुलफिल्ड प्रोमिसिज। मैं देखना चाहना कि कल सरकार की करूगी, और मैं जाखड़ साहब को पूछना चाहना कि यह की तमाशा बनाया, जाना किधर है? गवर्नर वाल एमएलए जाणगे थोड़े कि इधर जाणगे? क्योंकि जे गवर्नर वाल चले आ तो रल के ही चलते, फिर असी भी जाना घराओ करना, तुसी साडे नाल पहला सीएम का कर लेने, फिर गवर्नर साहब नूं घरों नहीं निकल देंदे कि झूठ ही पढ़ना उत्थे आके, बचो लोग की बचन झूठ तो। एनी क्वेश्चन जी एजी साहब का जेड़ा उत्थे पता ही लग्या सी, देखो कई इन्हां दे जाखड़ साहब ही सच बोले सी इहनूं हटाओ, जाखड़ साहब भी इन्हां दे एजी साहब दे उल्ट सी, हुण भावें समझौता हो गया ਇਹ ਗੱਲਾਂ ਸਭ ਨੂੰ ਪਤਾ ਕਿ 4500 ਕਰੋੜ ਦਾ ਜਿਹੜਾ ਰਗੜਾ ਚੜਾਇਆ, ਜਿਹੜੇ ਅਪੀਲਸ ਨਹੀਂ ਫਾਈਲ ਹੋਈਆਂ ਕਿਉਂ ਨਹੀਂ ਹੋਈਆਂ। ਚਲੋ ਮੈਂ ਏਜੀ ਸਾਹਿਬ ਨੂੰ ਵੀ ਘੱਟ ਗੁਨੇਗਾਰ ਸਮਝਦਾ, ਸਰਕਾਰ ਨੇ ਕਰਾਉਣੀਆਂ ਸੀ, ਸਰਕਾਰ ਨੇ ਏਜੀ ਦੇ ਹੱਥ ਜੇ ਦੱਬ ਲਿਆਉਣੇ ਤਾਂ ਉਹਨੇ ਕੀ ਕਰਨਾ, ਮਗਰ ਨੁਕਸਾਨ ਪੰਜਾਬ ਦਾ ਹੋ ਗਿਆ। ਇਸ ਲਈ ਇਹ ਸਾਰਾ ਕੁਛ ਇਜ਼ ਗੋਇੰਗ ਟੂ ਬੀ ਆਰ ਜੇ ਸੈਸ਼ਨ ਤੁਸੀਂ ਮੈਨੂੰ ਪੁੱਛੋ, ਇਹ ਸਿਰਫ ਤੇ ਸਿਰਫ ਇਹਨਾਂ ਦਾ ਲੋਕਾਂ ਨੂੰ ਕਿਵੇਂ मूर्ख बनाया जा सकता, इन्हां दी ओ कार्रवाई होनी, हथ की सफाई होनी है लिटरली कांग्रेसियों की, जिवें एक ठग की हथ की सफाई होंदी ना, उही है, क्योंकि पता कहना कुछ है होना अखीर च कुछ होर है, जाके बिल कहते जी असीं रद्द करते हुण राजेवाल साहब वर्गे भी कहिंदे ना कि इन्होंने तो झूठी बोलता, मतलब बिल रद्द किहड़े कीते, जिहड़ा एग्रीकल्चर सब्जेक्ट थले फैसले हो सकते उसू कीते ही नहीं। देखो एक गल तो जरूर है, अलामा इकबाल साहब ही गूंजन गए विधानसभा च, लोगों की आवाज नहीं गूंजती पंजाब दे, रौला तो इस गल का, वह तो गूंज गांज के चले जाते हैं, वह बेचारे मैनू लगता जिन्ना उन्होंने पंजाब की विधानसभा ने याद कर लिया है, इन्ना की याद कितने 3 करोड़ पंजाबियों, 2 करोड़ पंजाबियों की उम्मीदों नूं जे याद किया गया हुंदा ते बल्ले बल्ले होई गई। बहुत चंगा सवाल है जी थोड़ा, पिछला सैशन जद इन्होंने 295 अपना जिहड़ी केहड़ी धारा थले सी जी जिहड़ा इन्होंने ਜਿਹੜੇ ਆਪਦੇ ਐਕਟ ਅਮੈਂਡ ਕੀਤੇ ਸੀ ਜੀ, ਜਿਹੜਾ ਵੀ ਇਹ ਲਿਆਏ ਸੀ ਜੀ, ਸੌਰੀ 295 ਮੈਂ ਕਹਿ ਗਿਆ, ਨਹੀਂ ਉਹ ਸੌਰੀ ਅਮੈਂਡਮੈਂਟ ਲਿਆਏ ਸੀ ਅੰਡਰ ਆਰਟੀਕਲ ਐਗਜੈਕਟਲੀ, ਚਲੋ ਜਿਹੜਾ ਵੀ ਸੀ ਉਸ ਵੇਲੇ ਵੀ ਮੈਂ ਕਿਹਾ ਸੀ ਕਿ ਦੇਖੋ ਜਿਹੜਾ 2013 ਕਿਉਂਕਿ ਮੈਂ ਜਦੋਂ ਉੱਥੇ ਬੋਲ ਰਿਹਾ ਸੀ ਮੈਂ ਇਹ ਗੱਲ ਕਹੀ, ਜਿਹੜੇ 17 ਦੇ ਤੁਹਾਡੇ ਹੈ APMC ਐਕਟ ਨੂੰ ਤਬਦੀਲ ਕਰਨਾ, 2 ਐਕਟ ਲੈ ਕੇ ਆਏ ਕਿ ਉਹ ਵਾਪਸ ਲਿਆਓ, ਸਾਡਾ ਕਾਂਗਰਸ ਦਾ ਵਜ਼ੀਰ ਸੀ ਜਾਂ ਵੀਰ ਸੀ ਅੱਗੇ ਬੈਠਿਆ ਮੈਨੂੰ ਕਹਿੰਦਾ 13 ਭੁੱਲ ਗਿਆ, ਮੈਂ ਕਿਹਾ ਥੈਂਕ ਯੂ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਰਿਮਾਈਂਡ ਕਰਾਇਆ, ਤੁਸੀਂ 13 ਸਾਡਾ ਅਤੇ 17 ਆਪਣੇ ਉਹ ਸਾਰੇ ਵਾਪਸ ਕਰੋ, ਇਹ ਹੁਣ ਰਿਕਾਰਡ ਹੈ ਉੱਥੇ ਸਪੋਕਨ ਬਾਏ ਮੀ, ਮੇਰੇ ਜੇਕੋ ਜਿਹੜਾ ਮੇਰੇ ਕੋਲ ਵਿਧਾਨ ਸਭਾ 'ਚੋਂ ਲਿਖ ਕੇ ਆਉਂਦਾ ਉਹ ਵੀ ਹੈ, ਮਗਰ ਇਹਨਾਂ ਨੇ ਨਹੀਂ ਸੁਣੀ, ਇਹਨਾਂ ਨੇ ਅੱਛਾ ਉਹਦੇ 'ਚ ਫਿਰ ਅਸੀਂ ਇਹ ਵੀ ਕਿਹਾ ਸੀਗਾ ਕਿ ਤੁਸੀਂ 5-6 ਵਾਲੇ ਉਹ ਵੀ ਰਿਪੀਲ ਕਰ ਦਿਓ ਸਾਰੇ ਹੀ ਰਿਪੀਲ, ਮਗਰ ਦੇ ਡਿਡ ਨਾਟ ਲਿਸਨ, ਅੱਜ ਜੇ ਸੁਣ ਲੈਣਗੇ ਤਾਂ ਚੰਗੀ ਗੱਲ ਆ, ਮਗਰ ਨਾਲ ਹੀ ਜਿਹੜੇ 17 ਦੇ ਕੈਪਟਨ ਅਮਰਿੰਦਰ ਸਿੰਘ ਜੀ ਲਿਆਏ ਆ ਉਹ ਵੀ ਨਾਲ ਰਿਪੀਲ ਕਰਨ।
13 ਨੂੰ ਦੇਖੋ 13 ਦਾ ਤਾਂ ਅਸੀਂ ਪਹਿਲਾਂ ਹੀ ਕਹਿ ਚੁੱਕੇ ਦੇਖੋ 13 ਦੀ ਤੁਸੀਂ ਪਲੀਜ਼ ਸਮਝ ਲਓ 13 ਨੂੰ ਫਿਰ ਲੋਕਾਂ ਨੂੰ ਮੂਰਖ ਬਣਾਉਣ ਵਾਲਾ 13 ਦੇ ਐਕਟ 'ਚ ਜੋ ਫੈਸਲਾ ਹੋਇਆ ਸੀ ਉਹਦੇ 'ਚ ਕੁਝ ਸ਼ਰਤਾਂ ਇਹ ਸੀ ਕਿ ਇੱਕ ਕਮਿਸ਼ਨ ਬਣੂਗਾ ਕਮਿਸ਼ਨ ਤਾਂ ਅਸੀਂ ਵੀ ਨਹੀਂ ਬਣਾਇਆ ਰੂਲਸ ਹੀ ਨਹੀਂ ਫਲੇਮ ਹੋਏ ਉਹ ਲਾਗੂ ਹੀ ਨਹੀਂ ਹੋਇਆ ਉਹਦਾ ਅੱਜ ਤੱਕ ਵੀ ਕੋਈ ਤੁਹਾਨੂੰ ਕਿਸਾਨ ਮਿਲਿਆ ਜਿਹੜਾ ਕਹਿੰਦਾ ਮੈਂ 13 ਤੋਂ ਪ੍ਰਭਾਵਿਤ ਹਾਂ ਕਿ ਮੇਰੇ 'ਤੇ ਕੋਈ ਅਸਰ ਹੋਇਆ 13 ਦਾ ਨਾ ਉਦੋਂ ਕੋਈ ਹੋਇਆ ਨਾ ਅੱਜ ਕੁਝ ਹੋਇਆ ਇਹ ਤਾਂ ਇਕੱਲਾ ਕਾਗਜ਼ੀ ਕਾਰਵਾਈ ਕਿਸਾਨਾਂ ਦਾ ਮਸੀਹਾ ਅੰਦਰੋਂ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀਆਂ ਅਤੇ ਮੂੰਹ 'ਚ ਰਾਮ ਰਾਮ ਇਕੱਲਾ ਕਾਂਗਰਸ ਨੂੰ ਉਹ ਕੰਮ ਕਰਨਾ ਜਿਹੜਾ ਕਰਜ਼ਾ ਮਾਫ਼ੀ ਕਰਨੀ ਸੀ ਉਹਦਾ ਕੀ ਬਣਿਆ ਇਸ ਲਈ 13 ਦੀ ਤੁਸੀਂ ਕਾਈਂਡਲੀ ਸਮਝੋ ਗੱਲ 13 ਸਾਡੇ ਵੇਲੇ ਹੀ ਨਹੀਂ ਲਾਗੂ ਹੋਇਆ ਉਹਦੇ 'ਚ ਰੂਲਸ ਨਹੀਂ ਫਰੇਮ ਹੋਏ ਕਿ ਉਹਦਾ ਇੱਕ ਬਣਨੀ ਸੀ ਕਮੇਟੀ ਉਸ ਕਮੇਟੀ ਦੀ ਕਮੇਟੀ ਨਹੀਂ ਬਣਾਈ ਅਸੀਂ ਸੋ ਲਾਗੂ ਕਿੱਥੋਂ ਹੋਣਾ ਸੀ ਉਹਦਾ ਲਾਗੂ ਨਹੀਂ ਹੋਇਆ ਅਤੇ ਅੱਗੇ ਅਸਰ ਅੱਜ ਤੱਕ ਤੁਹਾਨੂੰ ਉਹਦਾ ਪ੍ਰਭਾਵਿਤ ਅੱਜ ਦੇਖੋ ਅੱਜ 13 ਤੋਂ ਲੈ ਕੇ ਅੱਜ 21 'ਚ ਆ ਗਏ 8 ਸਾਲਾਂ 'ਚ ਕਿਸੇ ਕਿਸਾਨ ਨੇ ਆਖਿਆ ਕਿ ਸਾਨੂੰ ਇਸ ਰੂਲ ਦਾ ਪੰਜਾਬ ਦੀ ਵਿਧਾਨ ਸਭਾ ਦਾ ਕੋਈ ਅਸਰ ਪਿਆ ਉਸ ਤੋਂ ਬਾਅਦ ਉਹ ਕੈਪਟਨ ਨੇ ਵੀ 4 ਸਾਲ ਉੱਤੇ ਕੱਖ ਨਹੀਂ ਕੀਤਾ ਸੋ ਡੈਡ ਹਾਰਸ ਨੂੰ ਉੱਥੇ ਫਲੋਕ ਕਰਨਾ ਜੇ ਕੁਝ ਦਾ ਇਟ ਇਜ਼ ਮਤਲਬ ਉਹਦਾ ਉਹਦਾ ਕੋਈ ਮਤਲਬ ਨਹੀਂ ਹਾਂ ਠੀਕ ਹੈ ਕਹਿਣ ਨੂੰ ਚੱਕ ਤੇ ਫੱਟੇ ਪਿੱਛੇ ਕਾਂਗਰਸੀਆਂ ਇਸ ਤਰ੍ਹਾਂ ਕਰ ਦੇਣਗੇ ਕੈਪਟਨ ਪੰਜਾਬ ਦਾ ਮਸੀਹਾ ਕੰਮ ਇਸ ਤਰ੍ਹਾਂ ਡਰਾਮਾ ਮੁੱਕ ਕੇ ਬਾਹਰ ਆ ਜਾਣ ਦੇਖੋ ਇੱਕ ਨਾ ਰਾਜਪਾਲ ਸਾਹਿਬ ਨੇ ਇਹ ਉਸ ਦਿਨ ਹੀ ਕਲੀਅਰ ਸੀ ਉਹ ਪਾਸ ਕਰਨੀ ਨਹੀਂ ਸੀ ਤੁਸੀਂ ਸੈਂਟਰ ਦੇ ਫੈਸਲਿਆਂ ਤੇ ਸਟੇਟ ਕਿੱਥੋਂ ਕਰ ਲਓ ਅਸੀਂ ਬਾਰ ਬਾਰ ਕਹਿ ਰਹੇ ਸੀ ਐਗਰੀਕਲਚਰ ਤੇ ਫੈਸਲਾ ਕਰੋ ਉਹ ਤਾਂ ਕਰਦੇ ਹੀ ਨਹੀਂ ਸੀ ਕਿਉਂ ਨਹੀਂ ਕਰਦੇ ਸੀ ਕਿਉਂਕਿ ਫਿਰ ਦਿੱਲੀ ਔਖੀ ਹੁੰਦੀ ਸੀ ਦਿੱਲੀ ਵੀ ਤਾਂ ਖੁਸ਼ ਰੱਖਣੀ ਸੀ ਇਸ ਲਈ ਇਹ ਅਮੈਂਡਮੈਂਟ ਤਾਂ ਕਿਸਾਨ ਨਹੀਂ ਮੰਨ ਰਿਹਾ ਹੁਣ ਦਿੱਲੀ 'ਚ ਵੀ ਜਿੰਨੀਆਂ ਮੀਟਿੰਗਾਂ ਹੋਈਆਂ ਉਹ ਅਮੈਂਡਮੈਂਟ ਦੀ ਗੱਲ ਕਰਦੇ ਨਾ ਉਹ ਕੀ ਕਹਿੰਦੇ ਰਿਪੀਲ ਕਰੋ ਫਿਰ ਤੁਸੀਂ ਕਿਉਂ ਨਹੀਂ ਇੱਥੇ ਉਸ ਕੰਮ ਨੂੰ ਛੱਡ ਕੇ ਪੰਜਾਬ ਨੂੰ ਸਾਰੀ ਨੂੰ ਮੰਡੀ ਐਲਾਨ ਦਿੰਦੇ ਐਗਰੀਕਲਚਰ ਥੱਲੇ ਕੰਮ ਹੀ ਮੁੱਕ ਜਾਂਦਾ ਬਾਹਰ ਕੋਈ ਆ ਹੀ ਨਹੀਂ ਸਕਦਾ ਮਗਰ ਨਹੀਂ ਉਹ ਨਹੀਂ ਕਰਨਾ ਕਿਉਂਕਿ ਜੇ ਉਹ ਕਰਤਾ ਫਿਰ ਮੋਦੀ ਸਾਹਿਬ ਔਖੇ ਮੋਦੀ ਸਾਹਿਬ ਔਖੇ ਅਤੇ ਫਿਰ ਨੀਂਦਾਂ ਇੱਥੋਂ ਕਈਆਂ ਦੀ ਉੱਡ ਜਾਣੀ ਅੱਛਾ ਕਿੰਨੀ ਨੌਕਰੀ ਦਿੱਤੀ ਕਿੰਨੀ ਦਿੱਤੀਆਂ ਸਵਾ 16 ਲੱਖ ਪਿਛਲੀ ਦਾ ਪਿਛਲਾ ਮੇਰੇ ਹੁਣੇ ਯਾਦ ਆਇਆ ਪਿਛਲੇ ਸੈਸ਼ਨ ਆ ਪਿਛਲੇ ਜਿਹੜਾ ਗਵਰਨਰ ਐਡਰੈਸ ਲੰਘਿਆ ਉਹ 'ਚੋਂ ਕੱਢਿਓ ਕੈਪਟਨ ਅਮਰਿੰਦਰ ਸਿੰਘ ਬੋਲਦਿਆਂ ਨੇ ਕਿਹਾ ਕਿ ਅਸੀਂ 1,80,000 ਨੂੰ ਪਤਾ ਨਹੀਂ ਨੌਕਰੀ ਦਿਓ ਹਾਂ ਸੈਲਫ ਡਿਪੈਂਡੈਂਟ ਮੈਨੂੰ ਲੱਗਦਾ ਨੌਕਰੀ ਜੇ ਮਿਲੀ ਆ ਤਾਂ ਇਕੱਲੀ ਆਹ ਆ ਜਿਹੜੀਆਂ ਵੀਡੀਓ ਬਾਹਰ ਆਉਂਦੀਆਂ ਨੇ ਭਾਵੇਂ ਉਹ ਪ੍ਰਿੰਸ ਟੇਲਰ ਦੀਆਂ ਜਿਹੜੇ ਜਿਨ੍ਹਾਂ ਦੇ ਡਾਕੇ ਪੈਂਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਆਪਦੀਆਂ ਨੌਕਰੀਆਂ ਬਚਾ ਲਈਆਂ ਦੇਖੋ ਕੱਪੜੇ ਤਾਂ ਰਾਜੇ ਵੜਿੰਗ ਸਾਹਿਬ ਬੜੇ ਸੋਹਣੇ ਸੋਹਣੇ ਪਾਉਂਦੇ ਮਗਰ ਉਹ ਬਿੱਲ ਵੀ ਪੇ ਕਰਿਆ ਕਰਨਾ ਉਹਦੇ ਇਸ ਤਰ੍ਹਾਂ ਨਹੀਂ ਚਾਹੀਦਾ ਜਿਹੜੀ ਮਾਈਨਿੰਗ ਹੋ ਗਈ ਆ ਜਿੰਨੀ ਹੋ ਗਈ ਆ ਰੋਜ਼ ਉਹਦੇ ਰੌਲੇ ਪੈਂਦੇ ਰੋਪੜ ਦਾ ਪੁੱਲ ਡਿੱਗ ਜਾਣਾ ਮਗਰ ਇਹਨਾਂ ਨੇ ਉਹਦੇ ਲਈ ਤਾਂ ਕੱਖ ਨਹੀਂ ਕੀਤਾ ਮਤਲਬ ਉਹ ਤਾਂ ਸੈਲਫ ਇੰਪਲੋਇਡ ਜੇ ਕੋਈ ਹੋਇਆ ਤਾਂ ਇਹਨਾਂ ਦੇ 80 MLA ਜਾਂ ਇਹਨਾਂ ਦੇ ਕਾਂਗਰਸ ਕਾਰਕੁਨ ਪੰਜਾਬ ਦੇ ਬੰਦੇ ਨੂੰ ਜੇ ਪੰਜਾਬ ਦੇ ਇੰਪਲੋਈ ਨੂੰ ਤਾਂ ਪਤਾ ਨਹੀਂ ਮਿਲ ਰਿਹਾ ਪੇ ਕਮਿਸ਼ਨ ਨਹੀਂ ਮਿਲ ਰਿਹਾ ਨੌਕਰੀ ਕਿੱਥੇ ਮਿਲੀ ਆ ਉਹ ਗੁਰੂਆ ਮੰਗੇਰੀ ਲਾਲ ਦੇ ਸੁਪਨੇ ਨੇ ਜਿਹੜੇ ਮਰਜ਼ੀ ਦੇਖ ਲਓ ਤੁਸੀਂ ਵੱਡੀ ਗੱਲ ਵੇਖੋ ਜੇ ਇਹ ਗੱਲ ਸੱਚੀ ਹੁੰਦੀ ਤੇ 1500 ਕਿਸਾਨਾਂ ਨੂੰ ਤਾਂ ਨੌਕਰੀ ਦੇ ਦਿੰਦੇ ਜਿਹੜੇ ਖੁਦਕੁਸ਼ੀ ਵਾਲੇ ਆ ਜਿਨ੍ਹਾਂ ਦਾ ਤੁਹਾਡਾ ਵਾਅਦਾ ਸੀ ਚੋਣ ਮੈਨੀਫੈਸਟੋ ਦਾ ਉਹ ਦਿੱਤੀ ਮੈਂ ਸਾਰੀ ਗੱਲ ਮੰਨ ਜਾਂਦਾ ਤੁਸੀਂ ਉਹਨਾਂ ਨੂੰ ਨਹੀਂ ਦੇ ਸਕੇ ਫਗੈਟ ਐਨੀਥਿੰਗ ਐਲਸ ਮਤਲਬ ਇਹ ਤਾਂ ਠੀਕ ਹੈ ਕਿਉਂਕਿ ਕਈਆਂ ਨੇ ਕਾਲਜ ਚਲਾਉਣੇ ਆ ਹੁਣ ਉਹ ਜਿਹੜੇ ਇੱਥੇ ਆ ਚੰਡੀਗੜ੍ਹ ਯੂਨੀਵਰਸਿਟੀ ਵਾਲੇ ਆ ਉਹਦੀ ਤਾਂ ਵਿਚਾਰੇ ਦੀ ਮਜਬੂਰੀ ਆ ਜੇ ਉਹ ਨਾ ਸੰਮੇਲਨ ਆਪਦਾ ਉਹਦਾ ਇੱਕ ਜੋਬ ਫੇਅਰ ਉਹਦਾ ਪਲੇਸਮੈਂਟ ਦਾ ਹੁੰਦਾ ਹੀ ਹੁੰਦਾ ਮਗਰ ਜੇ ਉਹਨੂੰ ਚੰਨੀ ਫੋਨ ਕਰਕੇ ਕਵੇ ਕਿ ਮੈਂ ਆਉਣਾ ਹੀ ਆਉਣਾ ਉਹ ਕੀ ਕਹੂਗਾ ਨਾ ਹੀ ਉਹਨੇ ਸਵੇਰੇ ਦਾ ਲਾਇਸੈਂਸ ਕੈਂਸਲ ਕਰ ਦੇਣਾ ਉਹ ਕਿੱਧਰ ਜਾਊ ਵਿਚਾਰਾ ਜਾਂ ਉਹ ਲਵਲੀ ਯੂਨੀਵਰਸਿਟੀ ਵਾਲਾ ਕਿੱਧਰ ਜਾਊ ਸੋ
ਉਹਨਾਂ ਦੀ ਤਾਂ ਮਜਬੂਰੀ ਆ ਕਿ ਆਓ ਜੀ ਨਾਲੇ ਉਹਨਾਂ ਨੂੰ ਇਹਨਾਂ ਤੇ ਖਰਚਾ ਕਰਨਾ ਪੈਂਦਾ ਕਿ ਤੁਸੀਂ ਦੱਸੋ ਜੀ ਤੁਸੀਂ ਕਿੱਡਾ ਜ਼ਬਰਦਸਤ ਕੰਮ ਕਰਤਾ। बस उतो भी जेडे प्लेसमेंट होनी है ओदे ते भी कप्तान साहब का बिल्ला लग जाना। तुसी मैं एक गल दसा थोड़े चो किसे नू भी जे नवी नौकरी मिलती है थोड़े पुत नू धी नू पहला उनू कहो कप्तान साहब की ते जाखड़ साहब की फोटो नू तूदगा सानू मिल गई भावे मेहनत साडे मापिया दी सी मगर मिल गई तेरे करके जूंदार है यह कम तो यह भाल दे ड्राइवर मैं रखा असी धन्नवाद कैप्टन साहब का करता थैंक यू ਤਨਖਾਹ ਮੈਨੂੰ ਦੇਣੀ ਪੈ ਰਹੀ ਹੈ। ਕਿਸਾਨ ਐਜੀਟੇਸ਼ਨ ਦੇ ਵਿੱਚ ਦਿੱਲੀ ਪੁਲਿਸ ਨੇ ਜਗ੍ਹਾ ਜਗ੍ਹਾ ਮੁੰਡਿਆਂ ਨੂੰ ਚੱਕਿਆ ਵੀ ਤੇ ਕਈ ਨਿਰਦੋਸ਼ ਵੀ ਗਏ। ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਚਾਹੇ ਉਹ ਲੌਰੀ ਪਾੜਾ ਕੇਸ ਹੋਵੇ ਜਾਂ ਵੀ ਉੱਥੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਟੌਰਚਰ ਕੀਤਾ ਗਿਆ ਹੈ। ਦੇਖੋ ਚਾਹੀਦਾ ਸੀ ਪਹਿਲਾਂ ਤਾਂ ਮੈਂ ਇਸ ਇਨਸੀਡੈਂਟ ਨੂੰ ਕੰਡੈਮ ਕਰਦਾ ਜੀ। ਜਿਹੜੇ ਨੌਜਵਾਨ ਸਾਡੇ ਪੰਜਾਬ ਦੇ ਜਿੰਨੇ ਵੀ ਉੱਥੇ ਫੜੇ ਨੇ ਉਹਨਾਂ ਦੀ ਜੇ ਤੁਸੀਂ ਵੇਖੋ ਨਾ ਜੀ ਗਲਤੀ ਕਿਸੇ ਦੀ ਕੋਈ ਨਹੀਂ। ਸਾਰਿਆਂ ਨੂੰ ਰੈੱਡ ਫੋਰਟ ਲਾਲ ਕਿਲੇ ਦੇ ਮਸਲੇ 'ਚ ਲੈ ਕੇ ਕਹਿੰਦੇ ਫੜਿਆ। ਹੁਣ ਲਾਲ ਕਿਲੇ 'ਚ ਲੈ ਕੇ ਕੌਣ ਗਿਆ ਉਹਨਾਂ ਨੂੰ? ਮਤਲਬ ਲਾਲ ਕਿਲੇ ਤੱਕ ਪਹੁੰਚਣਾ 25 ਕਿਲੋਮੀਟਰ ਦਾ ਫਾਸਲਾ ਐਨਵੇਂ ਨਹੀਂ ਤੈਅ ਹੁੰਦਾ। ਪੁਲਿਸ ਨੇ ਤੈਅ ਕਰਾਇਆ ਉਹ ਰੂਟ ਹੀ ਨਹੀਂ ਸੀ। ਮਗਰ ਉਹਨਾਂ ਵਿਚਾਰਿਆਂ ਨੇ ਜਿੱਥੇ ਦੁਨੀਆ ਲੋਕ ਚੜ੍ਹੇ ਪਿੱਛੇ ਕਈ ਚੜ੍ਹ ਗਏ ਉਹਨਾਂ ਨੂੰ ਅੱਜ ਫੜ ਕੇ ਅੰਦਰ ਦਿੱਤਾ। ਮੁੜ ਕੇ ਉਹਨਾਂ 'ਤੇ ਯੁਆਪਾ ਲਾਤੀ ਕਿਸੇ ਦੇ ਦੇਸ਼ ਦਰੋਹ ਦਾ ਮਾਮਲਾ ਲਾਤਾ ਫਿਰ ਉਹਨਾਂ ਨੂੰ ਟੌਰਚਰ ਕੀਤਾ ਗਿਆ। ਇਹ ਤਾਂ ਗਲਤ ਗੱਲ ਆ ਔਰ ਕਪਤਾਨ ਸਾਹਿਬ ਸੁੱਤੇ ਪਏ। ਹੀ ਸ਼ੁੱਡ ਬੀ ਲੀਡਿੰਗ ਦਿਸ ਐਜੀਟੇਸ਼ਨ ਐਸ ਚੀਫ ਮਿਨਿਸਟਰ ਆਫ ਪੰਜਾਬ ਮਗਰ ਨਹੀਂ। ਹੋਰ ਕੀ ਕਰਨਾ ਜੀ ਇਹਨਾਂ ਤੋਂ ਕਰਾਉਣਾ ਕੀ ਇਹਨਾਂ ਤੋਂ ਹੋਰ? ਮਤਲਬ ਉਹਦਾ ਕੀ ਪੰਜਾਬ ਦੀ ਇਕਾਨਮੀ ਨੂੰ ਜਾਂ ਪੰਜਾਬ ਦੇ ਭਾਈਚਾਰੇ ਕਿਸਾਨ ਨੂੰ ਉਹਦਾ ਕਿਹੜਾ ਇਹੋ ਜਿਹਾ ਯੋਗਦਾਨ ਰੋਪੜ 'ਚ ਬੈਠਿਆ ਦਰਿਆ ਦੇ ਕੰਢੇ 'ਚ ਉਹ ਦੇ ਰਿਹਾ? ਕਿਹੜਾ ਮੰਤਰ ਉਹ ਦਰਿਆ ਦੇ ਕੰਢੇ 'ਚ ਪੜ ਰਿਹਾ ਜਿਹੜਾ ਉਹਨੂੰ ਦੇ ਨਹੀਂ ਸਕਦੇ? ਉਹਦੇ ਪਿੱਛੇ 50 ਲੱਖ ਦਾ ਵਕੀਲ ਦਾ ਖਰਚਾ ਕਰੀ ਜਾਂਦੇ ਆ। ਔਰ ਅਫਸੋਸ ਇਸ ਗੱਲ ਦਾ ਕਿ ਗੁਪਤਾ ਜੀ ਤੇ ਵਿਨੀ ਮਹਾਜਨ ਜੀ ਇਸ ਗੱਲ ਦਾ ਵਿਰੋਧ ਨਹੀਂ ਕਰਦੇ। ਮਤਲਬ ਇਹ ਡਿਸੀਜ਼ ਆ ਸੀਰੀਅਸ ਲੋਅ ਐਂਡ ਆਰਡਰ। ਅੱਜ ਹਰੇਕ ਤੋਂ ਫਰੋਪਰਟੀ ਲਿੱਤੀ ਜਾ ਰਹੀ ਹੈ ਜੀ, ਚਾਹੇ ਉਹ ਤਗੜਾ ਡਾਕਟਰ ਹੈ ਚਾਹੇ ਉਹ ਤਗੜਾ ਇੰਡਸਟਰੀਅਲਿਸਟ ਹੈ, ਉਹ ਡਰਦਾ ਮਾਰਾ ਬੋਲਦਾ ਹੀ ਨਹੀਂ ਜਦੋਂ ਉਹਨੂੰ ਸਮਝ ਨਹੀਂ ਆਉਂਦੀ ਕਿ ਜੇ ਐਡੇ ਵੱਡੇ ਗੈਂਗਸਟਰ ਪਿੱਛੇ ਵਕੀਲ ਕਰ ਸਕਦੇ ਤਾਂ ਸਾਡੀ ਗੱਲ ਕਿੱਥੇ ਸੁਣੀ ਜਾਣੀ ਹੈ? ਸੋ ਲੋਕ ਬੜੇ ਸਿਆਣੇ ਆ ਜੀ, ਇਸ਼ਾਰਾ ਹੀ ਬੜਾ ਹੁੰਦਾ। ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਦੀ ਅਡਵਾਈ ਹੁੰਦੀ ਤਾਂ ਪੰਜਾਬ ਦੇ ਦੂਸਰੇ ਕੇਸ ਵੀ ਹੱਲ ਹੋ ਸਕਦੇ ਸੀ। ਹਾਂਜੀ, ਜਿਸ ਤਰ੍ਹਾਂ ਮੁਖਤਾਰ ਅੰਸਾਰੀ ਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਆਇਆ ਤੇ ਸੁਪਰੀਮ ਕੋਰਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਵੀ 50 ਲੱਖ ਦਾ ਵਕੀਲ ਵੀ ਕਰ ਲਿਆ, ਵੱਡੇ ਵੱਡੇ ਵਕੀਲ ਕਰ ਰਹੇ, SYL ਦਾ ਇਸ਼ੂ ਆ, ਹੋਰ ਪੰਜਾਬ ਦੇ ਕਈ ਲਟਕਦੇ ਇਸ਼ੂ ਸੀ। ਮੈਂ ਉਹ ਬੇਨਤੀ ਕਰ ਰਿਹਾ ਨਾ ਜੀ, ਇਹ ਗੱਲ ਮੈਂ ਪਰਸੋਂ ਚੌਥੇ ਅੰਮ੍ਰਿਤਸਰ 'ਚ ਵੀ ਕੀਤੀ ਕਿ ਦੇਖੋ ਸੁਪਰੀਮ ਕੋਰਟ ਦਾ ਮੁੱਦਾ ਕੋਈ ਜਾਣਾ ਹੋਵੇ ਪਾਣੀਆਂ ਦੇ ਉੱਤੇ ਜਾਂ ਰਾਜਧਾਨੀ ਉੱਤੇ ਜਾਂ ਚੰਡੀਗੜ੍ਹ 'ਚ ਸਾਡੇ ਜਿਹੜੇ ਅਫਸਰਾਂ ਦੀ ਗਿਣਤੀ 60 ਤੋਂ ਘੱਟ ਰਹੀ ਹੈ ਉਸ ਮੁੱਦੇ ਉੱਤੇ, ਹਾਂ ਉਹਦੇ 'ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਖਰਚ ਹੋਵੇ ਉਹ ਚਾਹੀਦਾ ਵੀ ਹੈ, ਮਗਰ ਮਿਸਪਲੇਸਡ ਪ੍ਰਾਇਓਰਟੀਜ਼ ਵੇਖੋ ਕੀ ਹੈ ਕਿ ਉਸ ਕੇਸ 'ਚ ਤਾਂ ਜਿਹੜਾ ਕੋਲ ਕੇਸ ਸੀ ਉਸ 'ਚ ਤਾਂ ਪਹੁੰਚੇ ਨਹੀਂ ਇਹ, ਉਹ ਟਾਈਮ ਬਾਅਦ ਹੋ ਗਿਆ, ਕਈ ਕੇਸ ਟਾਈਮ ਬਾਅਦ ਹੋ ਗਏ, ਮਗਰ ਇਸ ਕੇਸ 'ਚ ਐਡੀ ਦਿਲਚਸਪੀ ਕਿ ਮਤਲਬ ਕਿ ਵਕੀਲ ਵੀ ਕਰਤਾ, ਆਲਾ ਵਕੀਲ ਵੀ ਕਰਤਾ, ਉਹਨੇ ਟਿੱਲ ਦਾ ਜ਼ੋਰ ਲਾਤਾ ਕਿ ਨਹੀਂ ਇਹਨੂੰ ਨਹੀਂ ਅਸੀਂ ਦੇ ਸਕਦੇ, ਇਹ ਤਾਂ ਸਾਡੇ ਕਾਂਗਰਸ ਪਾਰਟੀ ਦੀ ਸ਼ਾਨ ਹੈ, ਇਹ ਨਹੀਂ ਅਸੀਂ ਸਾਡੇ ਕੋਈ ਨੂਰ ਨੂੰ ਨਹੀਂ। ਕੁਰਕੀ ਬਾਰੇ ਮੈਂ ਕਿਹਾ ਕਿ ਕੁਰਕੀ ਬਾਰੇ ਮੈਂ ਕਿਹਾ ਕਿ ਕੁਰਕੀ ਇਹਨਾਂ ਨੇ ਕਰਵਾਈ ਹੈ ਤਾਂ ਕਾਈਂਡਲੀ ਉਹ ਕਰੋ ਕਿ ਕਿੱਥੇ ਹੋਈ ਹੈ ਕੁਰਕੀ। ਨਹੀਂ, ਦੇਰ ਆਰ ਨੰਬਰ ਆਫ ਕੇਸਿਸ ਜਿਹੜੇ ਸਾਹਮਣੇ ਆਏ ਰਿਗਾਰਡਿੰਗ ਕੁਰਕੀ, ਔਰ ਸਾਡਾ ਇੱਕ ਸਵਾਲ ਹੈ ਉਹਦਾ ਜਵਾਬ ਵੀ ਤੁਹਾਨੂੰ ਦਿਖਾ ਦਿਆਂਗੇ ਜਿਸ 'ਚ ਆਪ ਮੰਨੇ ਕਿ ਹਾਂ 350-400 ਕਿਸਾਨਾਂ ਦੀ ਕੁਰਕੀ ਕੀਤੀ ਹੈ। ਇਹਨਾਂ ਦੇ ਆਪ ਦੇ ਜਵਾਬ 'ਚ ਆਇਆ ਵਜ਼ੀਰ ਸਾਹਿਬ ਦੇ ਯਾਰ ਖਬਰਾਂ ਲੱਗੀਆਂ ਨੇ ਰਿਗਾਰਡਿੰਗ ਕੁਰਕੀ ਦੇ, ਜਦੋਂ ਇਹਨਾਂ ਨੇ ਇੱਕ ਵਾਰੀ ਪੰਜਾਬ ਵਿਧਾਨ ਸਭਾ 'ਚ ਅਨਾਊਂਸ ਕਰਤਾ ਸੀ ਕਿ ਕੁਰਕੀ ਨਹੀਂ ਹੋਣੀ, ਮੁੜ ਕੇ ਕੁਰਕੀ ਹੋਈ ਆ, ਉਹਦੇ ਬਾਰੇ ਖਬਰਾਂ ਲੱਗੀਆਂ, ਲੋਕਾਂ ਨੇ ਘਰਾਓ ਕੀਤੇ ਆ, ਬੈਂਕ ਮੈਨੇਜਰਾਂ ਦੇ ਬੜਾ ਰੌਲਾ ਪਿਆ। ਸੈਕਸ਼ਨ
देखो इस तरह है, जाखड़ साहब ने तो वाकई बल्ले बल्ले करा दी। अबोहर च कई जेड़े जिन्होंने दो दो तीन तीन साल हो गए सी मरिया नूं वी वोट पा गए ऐतकी, इसलिए इन्होंने तो कमाल दी मतलब इलैक्शन कराती, जिन्होंने विचारियों रब दे कोल गया नूं भी नवे जन्म च भी वापस मुड़े आए ने, उन्हां दी भी इन्होंने वोटां पा छड्डियां। वो एक दी तुसीं वीडियो नहीं वेखी, एक आउंदा कहिंदा आ के पुछदा कहिंदा चाची वोट पा गई, कहिंदा हाँ पा गई, कहिंदा चाची वोट फिर पा गई, कहिंदा हाँ, कहिंदा पता नहीं क्यों, कहिंदा तुसीं ओह बंदा पुछदा क्यों, कहिंदे तुसीं इकट्ठे नहीं रहिंदे, कहिंदे रहिंदे तां इकट्ठे ही आ मगर तेरी चाची नूं तां मरिया नूं दो साल हो गए वोट पा जांदी है मैनूं मिल के जांदी नहीं, हाल तां ओह बणिया पिया सारी पंजाब म्युनिसिपल कमेटी दी चोणां च, कई मतलब कई तो मियाँ बीबी इस गल नूं ही रोई जांदे कि जे आई सी ते मैनूं तां मिल जांदी, जे तू आया सी ते मैनूं तां मिल जांदा, ते जाखड़ साहब सौ सौ साल जीण जी जिन्हां ने इह जे काम कराते। ਤੁਸੀਂ ਆਪਣਾ ਕਿਲਾ ਬਚਾ ਲਿਆ ਵੀ ਇਹ ਮਾਲੀ ਨੇ ਉੱਥੇ ਧੱਕਾ ਨਹੀਂ ਚੱਲਣ ਦਿੱਤਾ ਤੁਸੀਂ? ਹਾਂਜੀ ਤੁਸੀਂ ਆਪਣਾ ਇਲਾਕਾ ਬਚਾ ਲਿਆ, ਮਾਲੀ ਵੀ ਉੱਥੇ ਧੱਕਾ, ਦੇਖੋ ਉੱਥੇ ਮਾਝੇ ਵਾਲਿਆਂ ਨੇ ਮਨਾ ਲਈ, ਮਾਝੇ ਵਾਲਿਆਂ ਨੇ ਫਿਰ ਲੰਮੇ ਵੀ ਪਾਉਣੇ ਸੀ ਇਹ ਜਿਹਾ ਨੇ ਜਿਨ੍ਹਾਂ ਨੇ ਗੜਬੜ ਕੀਤੀ, ਮਾਝੇ 'ਚ ਜ਼ੁਲਮ ਦੇ ਖਿਲਾਫ ਤੇ ਇਹਨਾਂ ਨੂੰ ਪਹਿਲਾਂ ਹੀ ਸਾਵਧਾਨ ਕਰਤਾ ਸੀ, ਔਰ ਅਫਸਰਸ਼ਾਹੀ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਔਰ ਵੱਡੀ ਗੱਲ ਤੁਸੀਂ ਵੇਖੋ ਉੱਥੇ ਜਿਹੜੇ ਸੀ ਸਾਡੇ ਕਾਦੀਆਂ ਸ਼੍ਰੀ ਹਰਗੋਬਿੰਦਪੁਰ ਮਜੀਠਾ ਅਜਨਾਲਾ ਕਈ ਜਗ੍ਹਾ ਉਹਦੇ 'ਚ ਮੈਂ ਐਵੇਂ ਆਖਾਂ ਲੋਕਾਂ ਦਾ ਜ਼ੋਰ ਅਤੇ ਅਫਸਰਸ਼ਾਹੀ ਦਾ ਸਹੀ ਕੰਮ ਕਰਨਾ, ਜਿਹੜੇ ਜ਼ਿਲ੍ਹੇ 'ਚ ਉਹ ਬਾਗੀ ਹੋ ਗਏ ਇਹਨਾਂ ਤੋਂ ਕਾਂਗਰਸੀਆਂ ਤੋਂ, ਉਸ ਲਈ ਧੰਨਵਾਦ ਹੈ ਹੁਣ ਭਾਵੇਂ ਉਹਨਾਂ ਦੀ ਕੱਲ੍ਹ ਬਦਲੀ ਹੋ ਜੇ ਮੇਰੇ ਕਹੇ ਕਰਕੇ। ਰਾਹੁਲ ਗਾਂਧੀ ਨੇ ਪਿਛਲੇ ਦਿਨ ਬਿਆਨ ਆਇਆ ਸੀ ਕਿ ਦੱਖਣ ਭਾਰਤ ਕੇ ਲੋਕ ਜਿਹੜੇ ਹੈ ਉਹ ਮੁੱਦੇ ਕੀ ਰਾਜਨੀਤੀ ਕਰਤੇ, ਉੱਤਰ ਭਾਰਤ ਕੇ ਲੋਕ ਜਿਹੜੇ ਹੈ ਨਾ ਉਹ ਮਤਲਬ ਉਤਨੀ ਰਾਜਨੀਤੀ ਸਮਝ ਨਹੀਂ ਰੱਖਦੇ। ਉਹ ਯਾਰ ਹੁਣ ਪੱਪੂ ਦਾ ਸਵਾਲ ਦੇ ਜਵਾਬ ਦਾ ਮੈਂ ਥੈਂਕ ਯੂ ਸਟੇਟ ਸਬਜੈਕਟ ਕਰਕੇ ਸੀਗਾ ਉਹ ਜਿਹੜਾ ਉਹ ਸੈਕਸ਼ਨ ਸੀ ਜੀ ਤੁਸੀਂ ਪੜ੍ਹ ਆਈ ਥਿੰਕ ਸਟੇਟ ਸਬਜੈਕਟ ਦਾ ਇਸ਼ੂ ਸੀ ਸੈਕਸ਼ਨ 2 ਔਰ ਸਮਥਿੰਗ ਆਈ ਡੋਨਟ ਐਗਜ਼ੈਕਟਲੀ ਰਿਮੈਂਬਰ ਜੀ, ਕਿਉਂਕਿ ਇਹ ਕੈਪਟਨ ਸਾਹਿਬ ਵੀ 254 ਜਾਂ ਪਤਾ ਨਹੀਂ ਕਿਹੜਾ ਸੀ ਜੀ, ਤੁਸੀਂ ਦੇਖ ਜਾ ਤੁਸੀਂ ਵੇਖ ਲਓ ਕੱਲ ਦੀ ਤਾਂ ਹਲੇ ਕਾਂਗਰਸ ਦੀ ਸਟ੍ਰੈਟਜੀ ਨਹੀਂ ਸਮਝ ਆ ਰਹੀ ਮੈਨੂੰ, ਇਹ ਜਾਣਗੇ ਕਿੱਧਰ, ਇਹ ਗਵਰਨਰ ਐਡਰੈਸ ਤੇ ਜਾਣਗੇ ਕਿ ਉਹਦੇ ਘਰਾਓ ਤੇ ਜਾਣਗੇ? ਅਸੀਂ ਵੀ ਉੱਥੇ ਜਾਏਂਗੇ ਉਹ ਜੋ ਆਪਣੇ ਘਰਾਓ ਤੇ ਜਾਏਂਗੇ, ਅਸੀਂ ਚਾਹੁੰਗੇ ਜੇ ਵਿਧਾਨ ਸਭਾ ਆਹੀ ਤਾਂ ਕੱਲ ਬਹੁਤ ਕੁਝ ਕਰ ਦੇਣਾ, ਆਰ ਪਾਰ ਦਾ ਕੰਮ ਕਰ ਦੇਣਾ ਕੱਲ। ਨਹੀਂ ਜਿਹੜੀ ਕਾਂਗਰਸ ਦੀ ਸਟ੍ਰੈਟਜੀ ਹੈ ਨਾ ਜੀ, ਜਿਹੜਾ ਤਾਂ ਉਹ ਅੰਦਰ ਬੈਠਨੇ ਕਾਂਗਰਸ ਵਾਲੇ ਉਹਨੂੰ ਤਾਂ ਅੰਦਰ ਡਿਸਕਸ਼ਨ ਕਰਨੀ ਹੈ। ਕਾਂਗਰਸ ਨੇ ਬਿਲਕੁਲ ਪੱਕਾ ਕਾਂਗਰਸ ਨੇ ਡਿਸਕਸ਼ਨ ਕਾਂਗਰਸ ਦੇ ਐਮਐਲਏ ਨੇ ਤੋਂ ਕਰਵਾਣੀ ਹੈ ਜਾਖੜ ਸਾਹਿਬ ਦਾ ਆਪਣਾ ਬਿਆਨ। ਸੈਕੰਡ ਜਿਹੜੇ ਬਾਹਰ ਕਰਨੀ ਹੈ ਉਹ ਜਾਖੜ ਸਾਹਿਬ ਨੇ ਖੁਦ ਲੀਡ ਕਰਨਾ, ਖੁਦ ਵੀ ਐਮਐਲਏ ਹੋਣਗੇ। ਸੋ ਮਤਲਬ ਕਿ ਕਾਂਗਰਸ ਨਹੀਂ ਆਪ ਦੇ ਗਵਰਨਰ ਐਡਰੈਸ ਤੇ ਬੇਭਰੋਸਗੀ ਜਤਾਤੀ ਹੈ, ਠੀਕ ਹੈ ਫਿਰ ਹੋਰ ਕੀ ਚਾਹੀਦਾ? ਉਹ ਯਾਰ ਤੁਹਾਨੂੰ ਸਾਰੀ ਗੱਲਾਂ ਅੱਜ ਦੱਸ ਦਿਆਂਗੇ, ਸਵੇਰੇ ਸਾਡੇ ਤਾਂ ਨਾਕੇਬੰਦੀ ਹੋ ਜਾਂਦੀ ਹੈ। ਕੀ ਬੋਲਾਂ ਕਿ ਜਿਹੜੇ ਬੰਦੇ ਦਾ ਦਵਾਲ ਦੇ